ਬੰਬੇ ਜਨਰਲ ਸਟੋਰ ਕਸ਼ਮੀਰੀ ਬਾਜ਼ਾਰ ਹੁਸ਼ਿਆਰਪੁਰ ਵੱਲੋਂ ਆਪਣੇ 58 ਸਾਲ ਪੂਰੇ ਹੋਣ ਤੇ ਸ਼ੋਰੂਮ ਦੀ ਰੀਓਪਨਿੰਗ ਕੀਤੀ ਗਈ। ਇਸ ਮੌਕੇ ਤੇ ਵਿਧਾਇਕ ਸੁੰਦਰ ਸ਼ਾਮ ਅਰੋੜਾ, ਉਹਨਾਂ ਦੀ ਪਤਨੀ ਸਿੰਪਲ ਅਰੋੜਾ ਅਤੇ ਹੋਰ ਪਤਵੰਤੇ ਸੱਜਣਾਂ ਨੇ ਪਹੁੰਚ ਕੇ ਦੁਕਾਨ ਦੇ ਮਾਲਕ ਸੁਨੀਸ਼ ਜੈਨ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਸੁਨੀਸ਼ ਜੈਨ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਦੇ 58 ਸਾਲ ਪੂਰੇ ਹੋਣ ਤੇ ਉਹਨਾਂ ਨੇ ਵਿਸ਼ੇਸ਼ ਛੂਟ ਦਾ ਪ੍ਰਾਵਧਾਨ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਵਿੱਚ ਹਰ ਕੋਸਮੈਟਿਕ ਅਤੇ ਬਿਊਟੀ ਪਾਰਲਰ ਨਾਲ ਰਿਲੇਟਡ ਹਰ ਚੀਜ਼ ਹੋਲਸੇਲ ਰੇਟਾਂ 'ਤੇ ਉਪਲਬਧ ਹੋਏਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਦੁਕਾਨ ਵਿੱਚ ਮਿਲਣ ਵਾਲੀ ਹਰ ਚੀਜ਼ ਕੰਪਨੀ ਦੀ ਅਤੇ ਬ੍ਰਾਂਡਡ ਹੋਵੇਗੀ। ਕੈਮਰਾਮੈਨ ਲਖਵਿੰਦਰ ਲੱਕੀ ਦੇ ਨਾਲ ਗੁਰਜੀਤ ਸੋਨੂੰ ਦੀ ਰਿਪੋਰਟ। ਬੰਬੇ ਜਨਰਲ ਸਟੋਰ ਦੀ ਅੱਜ ਰੀਓਪਨਿੰਗ 58 ਸਾਲ ਪੂਰੇ ਹੋਣ ਦੇ ਉੱਤੇ ਮੈਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਔਰ ਉਹਨਾਂ ਦੇ ਇੱਥੇ ਆਉਣ ਦੇ ਉੱਤੇ ਬਹੁਤ ਬਹੁਤ ਸ਼ੁਕਰੀਆ। ਅਰੋੜਾ ਸਾਹਿਬ ਜੀ ਵੀ ਆਏ, ਐਮ ਸਭ ਧਰਮਪਾਲ ਸੱਭਰਵਾਲ ਜੀ, ਕਮਲ ਚੌਧਰੀ ਜੀ, ਇਹਨਾਂ ਸਾਰਿਆਂ ਦੇ ਇੱਥੇ ਆਉਣ ਦੇ ਉੱਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਪ ਜੀ ਸਾਰਿਆਂ ਜੀ ਦੇ ਇੱਥੇ ਆਉਣ ਦੇ ਉੱਤੇ ਬਹੁਤ ਬਹੁਤ ਸ਼ੁਕਰੀਆ। ਇਸ ਦੁਕਾਨ ਦੇ ਉੱਪਰ ਹਰ ਚੀਜ਼ ਹੋਲਸੇਲ ਰੇਟ ਦੇ ਉੱਤੇ ਦਿੱਤੀ ਜਾਏਗੀ। ਹਰ ਤਰ੍ਹਾਂ ਦੇ ਪ੍ਰੋਡਕਟਸ ਹੋਣਗੇ, ਰੈਵਲੋਨ, ਸ਼ੈਨਾਜ, ਡਾਇਨਾ ਆਫ ਲੰਡਨ, ਬੇਬੀ ਲਾਈਨ, ਗਾਰਨੀਅਰ, ਆਰਟੀਫਿਸ਼ਲ ਜੂਲਰੀਜ਼, ਲੇਡੀਜ਼ ਅੰਡਰਗਾਰਮੈਂਟਸ, ਹਰ ਤਰ੍ਹਾਂ ਦੇ ਪ੍ਰੋਡਕਟਸ ਹੋਣਗੇ। ਬਿਊਟੀ ਪਾਰਲਰ ਵੀ ਅੰਦਰ ਮਿਲੇਗਾ। ਹਰ ਤਰ੍ਹਾਂ ਦੀ ਤਿਆਰੀ ਪੂਰੀ ਤਰ੍ਹਾਂ ਦੀ ਹੋਏਗੀ। ਹੋਲਸੇਲ ਰੇਟ ਦੇ ਉੱਤੇ ਦਿੱਤੇ ਜਾਣਗੇ ਔਰ ਜੈਨੂਅਨ ਆਈਟਮਸ ਹੋਣਗੀਆਂ, ਕੋਈ ਵੀ ਫੇਕ ਪ੍ਰੋਡਕਟ ਨਹੀਂ ਹੋਏਗਾ। ਇਸ ਚੀਜ਼ ਦੀ ਗਰੰਟੀ ਹੋਏਗੀ ਵੀ ਫੇਕ ਪ੍ਰੋਡਕਟ ਕੋਈ ਨਹੀਂ ਹੋਏਗਾ, ਹਰ ਚੀਜ਼ ਓਰਿਜਨਲ ਹੋਏਗੀ।